ਭਾਰਤ ਵਿੱਚ ਆਪਣੀਆਂ ਦਹਿਸ਼ਤ ਗਤੀਵਿਧੀਆਂ ਨਾਲ ਅਕਸਰ ਦਹਿਸ਼ਤ ਮਚਾਉਣ ਵਾਲਾ ਮਸੂਦ ਅਜ਼ਹਰ ਮਹਿਜ਼ ਇੱਕ ਥੱਪੜ ਦੀ ਹੀ ਮਾਰ ਹੈ। ਮੌਲਾਨਾ ਮਸੂਦ ਅਜ਼ਹਰ ਦੀ 1994 ਵਿੱਚ ਹੋਈ ਗ੍ਰਿਫਤਾਰੀ ਤੋਂ ਬਾਅਦ ਉਸ ਤੋਂ ਪੁੱਛ ਪੜਤਾਲ ਕਰਨ ਵਾਲੇ ਇੱਕ ਸਾਬਕਾ ਪੁਲਿਸ ਅਧਿਕਾਰੀ ਨੇ ਇਹ ਦਾਅਵਾ ਕੀਤਾ ਹੈ। ਸਾਬਕਾ ਪੁਲਿਸ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਦੁਨੀਆ ਦੇ ਸਭ ਤੋਂ ਖਤਰਨਾਕ ਅੱਤਵਾਦੀਆਂ 'ਚ ਸ਼ੁਮਾਰ ਅਜ਼ਹਰ ਇੱਕ ਥੱਪੜ ਦੀ ਹੀ ਮਾਰ ਹੈ ਅਤੇ ਹਿਰਾਸਤ ਵਿੱਚ ਪੁੱਛਗਿੱਛ ਵੇਲੇ ਉਹ ਕੰਬਣ ਲੱਗ ਜਾਂਦਾ ਸੀ। ਅਜ਼ਹਰ ਪੁਰਤਗਾਲ ਦੇ ਪਾਸਪੋਰਟ 'ਤੇ ਬੰਗਲਾਦੇਸ਼ ਰਾਹੀਂ ਭਾਰਤ 'ਚ ਦਾਖਲ ਹੋਇਆ ਸੀ ਅਤੇ ਉਸ ਤੋਂ ਬਾਅਦ ਕਸ਼ਮੀਰ ਪੁੱਜ ਗਿਆ। ਉਸਨੂੰ 1994 ਵਿੱਚ ਦੱਖਣੀ ਕਸ਼ਮੀਰ ਦੇ ਅਨੰਤਨਾਗ ਤੋਂ ਗ੍ਰਿਫਤਾਰ ਕੀਤਾ ਗਿਆ। ਇੰਟੈਲੀਜੈਂਸ ਬਿਊਰੋ ਵਿੱਚ ਕਰੀਬ 2 ਦਹਾਕੇ ਤੱਕ ਸੇਵਾਵਾਂ ਦਿੰਦੇ ਰਹੇ ਸਿੱਕਮ ਪੁਲਿਸ ਦੇ ਸਾਬਕਾ ਡਾਇਰੈਕਟਰ ਜਨਰਲ ਅਵਿਨਾਸ਼ ਮੋਹਿਨਾਨੇ ਨੇ ਕਿਹਾ ਹੈ ਕਿ ਹਿਰਾਸਤ ਦੌਰਾਨ ਏਜੰਸੀਆਂ ਨੂੰ ਜ਼ਿਆਦਾ ਜੱਦੋਜਹਿਦ ਨਹੀਂ ਕਰਨੀ ਪਈ ਸੀ ਅਤੇ ਇੱਕੋ ਚਪੇਟ ਤੋਂ ਬਾਅਦ ਹੀ ਮਸੂਦ ਅਜ਼ਹਰ ਨੇ ਆਪਣੇ ਸਾਰੇ ਭੇਦ ਜ਼ਾਹਰ ਕਰ ਦਿੱਤੇ ਸਨ। ਉਸਨੇ ਪਾਕਿਸਤਾਨ ਵਿੱਚ ਜਾਰੀ ਅੱਤਵਾਦੀ ਟਿਕਾਣਿਆਂ ਬਾਰੇ ਜਾਣਕਾਰੀ ਦਿੱਤੀ। ਮਸੂਦ ਅਜ਼ਹਰ ਨੂੰ ਅਗਵਾ ਕੀਤੀ ਗਈ ਇੰਡੀਅਨ ਏਅਰਲਾਈਨ ਦੀ ਉਡਾਨ ਬਦਲੇ ਸਾਲ 1999 ਵਿੱਚ ਤਤਕਾਲੀ ਭਾਜਪਾ ਸਰਕਾਰ ਨੇ ਰਿਹਾ ਕੀਤਾ ਸੀ, ਜਿਸ ਤੋਂ ਬਾਅਦ ਹੀ ਉਸਨੇ ਭਾਰਤ ਦੇ ਖਿਲਾਫ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਆਰੰਭੀਆਂ ਹੋਈਆਂ ਹਨ। ਇਸ ਤੋਂ ਬਾਅਦ ਅਜ਼ਹਰ ਨੇ ਜੈਸ਼ੇ ਮੁਹੰਮਦ ਕਾਇਮ ਕੀਤੀ ਅਤੇ ਭਾਰਤ ਖਿਲਾਫ ਕਈ ਵੱਡੇ ਅੱਤਵਾਦੀ ਹਮਲਿਆਂ ਨੂੰ ਅੰਜਾਮ ਦਿੱਤਾ। ਇਹਨਾਂ ਵਿੱਚ ਪਾਰਲੀਮੈਂਟ, ਪਠਾਨਕੋਟ ਏਅਰਬੇਸ, ਉੜੀ ਫੌਜੀ ਕੈਂਪ ਅਤੇ ਹੁਣ 14 ਫਰਵਰੀ ਨੂੰ ਪੁਲਵਾਮਾ ਵਿੱਚ ਹੋਇਆ ਹਮਲਾ ਵੀ ਮਸੂਦ ਅਜ਼ਹਰ ਦੀ ਹੀ ਦੇਣ ਹੈ। ਸਾਬਕਾ ਅਧਿਕਾਰੀ ਨੇ ਦੱਸਿਆ ਹੈ ਕਿ ਅਜ਼ਹਰ ਨੇ ਅੱਤਵਾਦੀ ਸੰਗਠਨਾਂ ਲਈ ਹੁੰਦੀ ਭਰਤੀ ਅਤੇ ਇਹਨਾਂ ਦੀ ਕਾਰਜ ਪ੍ਰਣਾਲੀ ISIS ਦੀ ਭੂਮਿਕਾ ਬਾਰੇ ਵੀ ਜਾਣਕਾਰੀ ਦਿੱਤੀ ਸੀ। ਸਾਬਕਾ IPS ਅਧਿਕਾਰੀ ਅਵਿਨਾਸ਼ ਉਸ ਵੇਲੇ ਬਿਊਰੋ ਵਿੱਚ ਕਸ਼ਮੀਰ ਡੈਸਕ ਦੇਖ ਰਹੇ ਸਨ ਅਤੇ ਉਹਨਾਂ ਕੋਟ ਬਲਵਲ ਜੇਲ੍ਹ ਵਿੱਚ ਅਜ਼ਹਰ ਕੋਲੋਂ ਕਈ ਵਾਰ ਪੁੱਛ ਪੜਤਾਲ ਵੀ ਕੀਤੀ ਸੀ, ਜਿਸ ਕਰਕੇ ਹੀ ਉਹ ਜਾਣਦੇ ਹਨ ਕਿ ਦੁਨੀਆ ਵਿੱਚ, ਖਾਸ ਤੌਰ 'ਤੇ ਭਾਰਤ ਵਿੱਚ ਦਹਿਸ਼ਤ ਮਚਾਉਣ ਵਾਲਾ ਇਹ ਅੱਤਵਾਦੀ ਮਹਿਜ਼ ਇੱਕ ਥੱਪੜ ਦੀ ਹੀ ਮਾਰ ਹੈ। ਬਿਊਰੋ ਰਿਪੋਰਟ, ਪੰਜਾਬ ਟੂਡੇ।